ਕਿ ਨਹੀਂ, ਤੂੰ ਆਉਣਾ ਹੈ ਕਿ ਨਹੀਂ, ਇਸ ਗੱਲ ਦਾ ਭੁਲੇਖਾ ਏ। ਤੂੰ ਆਉਣਾ ਹੈ ਕਿ ਨਹੀਂ, ਇਸ ਗੱਲ ਦਾ ਭੁਲੇਖਾ ਏ। ਪਰ ਕਹਿੰਦਾ ਸਾਡੇ ਪਿੰਡ ਦੀ ਫਿਰਨੀ ਉੱਤੇ ਇੱਕ ਪੱਕਾ ਠੇਕਾ ਏ। ਤੂੰ ਆਉਣਾ ਹੈ ਕਿ ਨਹੀਂ, ਇਸ ਗੱਲ ਦਾ ਭੁਲੇਖਾ ਏ। ਪਰ ਸਾਡੇ ਪਿੰਡ ਦੀ ਫਿਰਨੀ ਉੱਤੇ ਕਹਿੰਦਾ ਇੱਕ ਪੱਕਾ ਠੇਕਾ ਏ। ਉਹ ਨਾ ਪੀਣ ਦੀ ਆਦਤ ਸੀ ਤੇ ਨਾ ਪੀ ਕੇ ਦੇਖੀ ਆ, ਕਹਿੰਦਾ ਮੈਂ ਰੋਜ਼ ਰੱਜ ਕੇ ਆਉਂਦਾ ਆ, ਲੋਕਾਂ ਦਾ ਭੁਲੇਖਾ ਏ। ਮੈਂ ਰੋਜ਼ ਰੱਜ ਕੇ ਆਉਂਦਾ ਆ, ਲੋਕਾਂ ਦਾ ਭੁਲੇਖਾ ਏ। ਅੱਜ ਕੱਲ ਸਾਰਿਆਂ ਨੇ ਆਪਣੀ ਪ੍ਰੋਫਾਈਲ ਬਣਾਈ ਹੁੰਦੀ ਆ, ਪਰ ਕਿਸੇ ਮੇਰੇ ਸੱਜਣ ਨੇ ਪ੍ਰੋਫਾਈਲ ਬਣਾਈ ਆ ਪਰ ਕਿਸੇ ਹੋਰ ਨਾਂ ਤੇ ਬਣਾਈ ਆ। ਕਹਿੰਦਾ ਤੂੰ ਮੇਰੀ ਪ੍ਰੋਫਾਈਲ ਤਾਂ ਚੈੱਕ ਕਰ ਲਈ ਹੋਣੀ ਏ, ਤੂੰ ਮੇਰੀ ਪ੍ਰੋਫਾਈਲ ਤਾਂ ਚੈੱਕ ਕਰ ਲਈ ਹੋਣੀ ਏ। ਕਹਿੰਦਾ ਮੈਂ ਕੁਝ ਚੈੱਕ ਕਰਾਂ ਤੈਂ ਕੁਝ ਛੱਡਿਆ ਹੀ ਨਹੀਂ। ਕਹਿੰਦਾ ਕਈ ਵਾਰ ਐਸ ਦੇ ਨਾਲ ਕਹਿੰਦਾ ਡਬਲ ਈ ਵੀ ਲਾ ਕੇ ਦੇਖ ਲਿਆ, ਕਈ ਵਾਰ ਐਸ ਦੇ ਨਾਲ ਡਬਲ ਈ ਵੀ ਲਾ ਕੇ ਦੇਖ ਲਿਆ, ਪਰ ਕਹਿੰਦਾ ਕੁਝ ਸਮਝ ਨਾ ਆਏ ਤੈਂ ਕੁਝ ਛੱਡਿਆ ਹੀ ਨਹੀਂ। ਕਹਿੰਦਾ ਦਿਲੋਂ ਦੁਆਵਾਂ ਮੰਗਦਾ ਉਹ ਮੰਗਾ ਚੇਲਾ ਬੇਬੀ ਦਾ, ਕਹਿੰਦਾ ਕੁਝ ਸਮਝ ਨਾ ਆਏ ਤੈਂ ਕੁਝ ਛੱਡਿਆ ਹੀ ਨਹੀਂ, ਕੁਝ ਸਮਝ ਨਾ ਆਏ ਤੈਂ ਕੁਝ ਛੱਡਿਆ ਹੀ ਨਹੀਂ। ਕਹਿੰਦਾ ਸਾਡੇ ਘਰ ਦੇ ਕੋਠੇ ਤੋਂ ਤੇਰਾ ਪਿੰਡ ਦਿਸਦਾ ਏ, ਘਰੋਂ ਨੀ ਦੀਦਾ ਪਰ ਘਰ ਦੇ ਕੋਠੇ ਤੋਂ ਜ਼ਰੂਰ ਦੀਦਾ ਆ। ਸਾਡੇ ਘਰ ਦੇ ਕੋਠੇ ਤੋਂ ਤੇਰਾ ਪਿੰਡ ਦਿਸਦਾ ਏ। ਕਹਿੰਦਾ ਜੋ ਜ਼ਖਮ ਤੂੰ ਸਾਨੂੰ ਲਾ ਗਈ ਸੀ ਹਾਲੇ ਥੋੜਾ ਥੋੜਾ ਦਿਸਦਾ ਏ। ਸਾਡੇ ਘਰ ਦੇ ਕੋਠੇ ਤੋਂ ਤੇਰਾ ਪਿੰਡ ਦਿਸਦਾ ਏ, ਜੋ ਜ਼ਖਮ ਤੂੰ ਸਾਨੂੰ ਲਾ ਗਈ ਸੀ ਹਾਲੇ ਥੋੜਾ ਥੋੜਾ ਦਿਸਦਾ ਏ। ਉਹ ਕਹਿੰਦਾ ਯਾਦਾਂ ਦੇ ਦਰਵਾਜ਼ੇ ਤੇਰੀ ਯਾਦ ਚ ਖੁੱਲੇ ਆ, ਕਹਿੰਦਾ ਮੈਂ ਭੁੱਲ ਜਾਂਦਾ ਆ ਤੇਰੇ ਨਾਲ ਹੁਣ ਕਿਹੜਾ ਰਿਸ਼ਤਾ ਏ। ਕਹਿੰਦਾ ਸਾਡੇ ਘਰ ਦੇ ਕੋਠੇ ਤੋਂ ਤੇਰਾ ਪਿੰਡ ਦਿਸਦਾ ਏ, ਜੋ ਜ਼ਖਮ ਤੂੰ ਸਾਨੂੰ ਲਾ ਗਈ ਸੀ ਹਾਲੇ ਥੋੜਾ ਥੋੜਾ ਦਿਸਦਾ ਏ। ਇੱਕ ਬਹੁਤ ਹੀ ਪਤੇ ਦੀ ਗੱਲ ਆ ਜੀ, ਧਿਆਨ ਨਾਲ ਸੁਣਿਓ। ਕਹਿੰਦਾ ਜੇਕਰ ਪੁੱਛਣਾ ਏ ਤਾਂ ਮਾਰੂ ਥਲ ਵਿੱਚ ਲੱਗੇ ਅਕੜੇ ਤੋਂ ਪੁੱਛ, ਜੇਕਰ ਪੁੱਛਣਾ ਏ ਤਾਂ ਮਾਰੂ ਥਲ ਵਿੱਚ ਲੱਗੇ ਅਕੜੇ ਤੋਂ ਪੁੱਛ, ਨਹੀਂ ਤਾਂ ਕਹਿੰਦਾ ਹੱਥ ਵਿੱਚ ਫੜੇ ਉਸ ਕਸਾਈ ਦੇ ਬੱਕਰੇ ਤੋਂ ਪੁੱਛ। ਕਹਿੰਦਾ ਹੁਣ ਚਿਰਾਂ ਪਿੱਛੋਂ ਆ ਕੇ ਸਾਥੋਂ ਵੀ ਪੁੱਛਦੀ ਏ, ਜੇਕਰ ਪੁੱਛਣਾ ਏ ਤਾਂ ਟੁੱਟੇ ਦਿਲ ਦੇ ਟੁਕੜੇ ਤੋਂ ਪੁੱਛ। ਕਹਿੰਦਾ ਹੁਣ ਤੇ ਖਿੜ ਗਏ ਨੇ ਸਭੇ ਫੁੱਲ ਗੁਲਜ਼ਾਰਾਂ ਦੇ, ਕਹਿੰਦਾ ਜੇਕਰ ਪੁੱਛਣਾ ਏ ਤਾਂ ਮੰਗੇ ਦੇ ਮੁਰਝਾਏ ਹੋਏ ਮੁਖੜੇ ਤੋਂ ਪੁੱਛ। ਮੇਰੀ ਮਾਂ ਨੇ ਮੇਰਾ ਨਾਂ ਮੰਗਾ ਰੱਖਿਆ ਜੀ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ। ਕਹਿੰਦਾ ਰੱਖ ਕੇ ਸਿਰ ਸਰਾਣੇ ਉੱਤੇ ਜਦ ਤੂੰ ਸੌਂਦੀ ਹੋਵੇਂਗੀ, ਰੱਖ ਕੇ ਸਿਰ ਸਰਾਣੇ ਉੱਤੇ ਜਦ ਤੂੰ ਸੌਂਦੀ ਹੋਵੇਂਗੀ, ਕਹਿੰਦਾ ਕਦੇ ਕਦੇ ਤਾਂ ਬਾਂਹ ਮੇਰੀ ਚੇਤੇ ਆਉਂਦੀ ਹੋਵੇਗੀ। ਰੱਖ ਕੇ ਸਿਰ ਸਰਾਣੇ ਉੱਤੇ ਜਦ ਤੂੰ ਸੌਂਦੀ ਹੋਵੇਂਗੀ, ਕਹਿੰਦਾ ਕਦੇ ਕਦੇ ਤਾਂ ਬਾਂਹ ਮੇਰੀ ਚੇਤੇ ਆਉਂਦੀ ਹੋਵੇਗੀ। ਕਹਿੰਦਾ ਸੂਟ ਉਨਾਬੀ ਤੇ ਫੁੱਲ ਪੱਤੀਆਂ ਕੌਣ ਪਵਾਊਗਾ, ਤੂੰ ਕਹਿੰਦਾ ਸੋਚੀ ਜਦ ਕਿਤੇ ਬੈਠ ਕੇ ਕੱਪੜੇ ਧੋਂਦੀ ਹੋਵੇਂਗੀ। ਕਹਿੰਦਾ ਮੋਟੀਆਂ ਮੋਟੀਆਂ ਅੱਖਾਂ ਵਿੱਚ ਹੁਣ ਮੰਗਾ ਕਿਉਂ ਦਿਸਦਾ ਨਹੀਂ, ਕਹਿੰਦਾ ਇਹਨਾਂ ਅੱਖਾਂ ਵਿੱਚ ਸੁਰਮਾ ਪਾ ਮਟਕਾਉਂਦੀ ਹੋਵੇਗੀ, ਇਹਨਾਂ ਅੱਖਾਂ ਵਿੱਚ ਸੁਰਮਾ ਪਾ ਮਟਕਾਉਂਦੀ ਹੋਵੇਗੀ।